ਭਗਤ ਸਿੰਘ ਵਰਗੇ ਯੋਧਿਆਂ ਦੀ ਸ਼ਹਾਦਤ ਦੇ ਸਦਕਾ 1947 ਨੂੰ ਭਾਰਤ ਦੇਸ਼ ਆਜ਼ਾਦ ਹੋ ਗਿਆ। ਪਰ ਭਾਰਤ ਭਗਤ ਸਿੰਘ ਦੇ ਸੁਪਨਿਆਂ ਵਾਲਾ ਭਾਰਤ ਨਾ ਬਣ ਸਕਿਆ। ਸੀਤ ਆਜ਼ਾਦੀ ਦੇ ਗਾਉਂਦਾ ਸੀ, ਆਜ਼ਾਦੀ ਦੇ ਗਾਉਂਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ। ਪਿਤਾ ਕਿਸ਼ਨ ਸਿੰਘ ਦੇ ਘਰ ਜਨਮ ਸੀ ਹੋਇਆ, ਚਾਚਾ ਜੀਤ ਸਿੰਘ ਇਸੇ ਦਿਨ ਹੀ ਰਿਹਾ ਜੇਲ ਤੋਂ ਹੋਇਆ, ਚਾਚਾ ਜੀਤ ਸਿੰਘ ਇਸੇ ਦਿਨ ਹੀ ਰਿਹਾ ਜੇਲ ਤੋਂ ਹੋਇਆ। ਸਵੈ ਮਾਣ ਦੇ ਨਾਲ ਹਮੇਸ਼ਾ ਉਹ ਜਿਉਂਦਾ ਸੀ, ਭਗਤ ਸਿੰਘ ਤਾਂ ਇਹ ਜਿਉਂਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ। ਨਿੱਕਾ ਹੁੰਦਾ ਖੇਤਾਂ ਵਿੱਚ ਬੰਦੂਕਾਂ ਬੀਜੀ ਜਾਵੇ, ਦੇਸ਼ ਚੋਂ ਗੋਰੇ ਕੱਢ ਦੇਣੇ ਨੇ ਇਹੋ ਪਿਆ ਸੁਣਾਵੇ, ਚੋਂ ਗੋਰੇ ਕੱਢ ਦੇਣੇ ਨੇ ਇਹੋ ਪਿਆ ਸੁਣਾਵੇ। ਦੇਖ ਹੌਸਲਾ ਉਸਦਾ ਸਭ ਨੂੰ ਮੋਹਾਉਂਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ। ਕਿਤਾਬਾਂ ਪੜ੍ਹਦਾ ਸੀ ਕੇ ਲੈਣੀ ਕਿਵੇਂ ਆਜ਼ਾਦੀ, ਸਾਡੇ ਹੁੰਦਿਆਂ ਸਹੇ ਗੁਲਾਮੀ ਕਿਉਂ ਭਾਰਤ ਮਾਂ ਸਾਡੀ, ਸਾਡੇ ਹੁੰਦਿਆਂ ਸਹੇ ਗੁਲਾਮੀ ਕਿਉਂ ਭਾਰਤ ਮਾਂ ਸਾਡੀ। ਗਹਿਰੀ ਸੋਚ ਦੀਆਂ ਨਿਤ ਬਾਤਾਂ ਉਹ ਪਾਉਂਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ, ਭਗਤ ਸਿੰਘ ਤਾਂ ਇਹ ਚਾਹੁੰਦਾ ਸੀ। ਜਲਿਆਂ ਵਾਲੇ ਬਾਗ ਦੀ ਮਿੱਟੀ ਚੁੱਕ ਚੁੱਕ ਸੀਨੇ ਲਾਏ, ਭਾਰਤ ਸਭਾ ਬਣਾ ਕੇ ਯੋਧੇ ਲੜਨ ਵਾਸਤੇ ਆਏ, ਜਦੋਂ ਗੋਰਿਆਂ ਕਰੇ ਸ਼ਹੀਦ ਸੀ ਲਾਲਾ ਲਾਜਪਤ ਰਾਏ, ਬਦਲਾ ਲੈਣ ਦੀ ਖਾਤਰ ਯੋਧਿਆਂ ਨੇ ਹਥਿਆਰ ਉਠਾਏ, ਗੋਰੇ ਦੇ ਕੰਨ ਖੋਲਣ ਦੇ ਲਈ ਸੈਂਬਲੀ ਬੰਬ ਚਲਾਏ, 1931 ਨੂੰ ਯੋਧੇ ਫਾਂਸੀ ਉੱਤੇ ਚੜਾਏ, ਉਹਨਾਂ ਕਰਕੇ ਮਿਲੀ ਆਜ਼ਾਦੀ,
ਪਰ ਹਾਲਤ ਨਾ ਬਦਲੀ ਸਾਡੀ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਨਾ ਚਾਹੁੰਦਾ ਸੀ ਭਗਤ ਸਿੰਘ, ਤਾਂ ਇਹ ਚਾਹੁੰਦਾ ਸੀ ਭਗਤ ਸਿੰਘ, ਤਾਂ ਇਹ ਚਾਹੁੰਦਾ ਸੀ ਭੁੱਖਿਆਂ ਨੂੰ ਮਿਲ ਜਾਵੇ ਰੋਟੀ, ਜ਼ੁਲਮ ਸਹਿਣ ਨਾ